वेलकम टू ऑल ऑफ दी स्वागत है तोड़े अपने चैनल एमएस स्टॉलजू स्टडी ਦੇ ਵਿੱਚ ਤੁਸੀਂ ਦੇਖ ਰਹੇ ਹੋ ਐਮਐਸ ਸਟਾਲਜੂ ਸਟਡੀ ਔਰ ਗੱਲ ਕਰਾਂਗੇ ਪੰਜਾਬ ਪਟਵਾਰੀ ਦੀ ਜਿਹੜੀਆਂ ਪੋਸਟ ਆਈਆਂ ਸੀ 710 ਪੋਸਟਾਂ ਉਹਨਾਂ ਦੇ ਲਈ ਨੈੱਟ ਬੰਦ ਹੋਣ ਕਰਕੇ ਲਗਭਗ 18 ਤਰੀਕ ਨੂੰ ਨੈੱਟ ਬੰਦ ਹੋ ਗਿਆ ਸੀ ਤੇ ਸਟੂਡੈਂਟ ਅਪਲਾਈ ਨਹੀਂ ਕਰ ਸਕੇ ਬਹੁਤ ਸਾਰੀ ਫੀਸ ਰਹੀ ਸੀ ਤੇ ਉਸ ਵਾਰ ਇੱਕ ਨੋਟਸ ਆ ਗਿਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ 710 ਪੋਸਟਾਂ ਆਈਆਂ ਸੀ ਤੇ ਉਹਨਾਂ ਵਾਸਤੇ ਇਹਨਾਂ ਸਮੇਂ ਲਈ ਐਪਲੀਕੇਸ਼ਨ ਫਾਰਮ ਭਰਨ ਦੀ ਮਿਤੀ 32 2023 ਤੋਂ 23 2023 ਤੱਕ ਫੀਸ ਭਰਨ ਦੀ ਆਖਰੀ ਮਿਤੀ ਜਿਹੜੀ ਦਿੱਤੀ ਗਈ ਸੀ ਔਰ 22 3 2023 ਤੱਕ ਰੱਖੀ ਗਈ ਸੀ ਫੀਸ ਭਰਨ ਦੀ ਆਖਰੀ ਔਰ ਇਸ ਨੋਟਸ ਰਾਹੀਂ ਇਹਨਾਂ ਅਸਾਮੀਆਂ ਨੂੰ ਅਪਲਾਈ ਕਰਨ ਦੀ ਮਿਤੀ ਹੇਠ ਲਿਖੇ ਅਨੁਸਾਰ ਵਾਧਾ ਕੀਤਾ ਜਾਂਦਾ ਭਾਪ ਡੇਟ ਐਕਸਟੈਂਡ ਕਰ ਦਿੱਤੀ ਗਈ ਹੈ ਔਰ ਆਨਲਾਈਨ ਅਰਜ਼ੀਆਂ ਸਬਮਿਟ ਕਰਨ ਦੀ ਜਿਹੜੀ ਮਿਤੀ ਹੁਣ 24 ਤੋਂ ਲੈ ਕੇ ਭਾਵ ਅੱਜ ਹੈਗੀ ਹੈ ਠੀਕ ਹੈ ਅੱਜ 24 ਹੀ ਹੈ ਤੇ ਅੱਜ ਤੋਂ ਲੈ ਕੇ ਆਨਲਾਈਨ ਅਰਜ਼ੀਆਂ ਸਬਮਿਟ ਕਰਨ ਲਈ ਜਿਹੜੀ ਦੋ ਤਰੀਕ ਤੱਕ ਤੁਹਾਨੂੰ ਇੱਕ ਵਾਰੀ ਫਿਰ ਤੋਂ ਜਿਹੜੀ ਪਰਮਿਸ਼ਨ ਦੇ ਦਿੱਤੀ ਗਿਆ ਰੀਓਪਨ ਕਰ ਦਿੱਤਾ ਗਿਆ ਤੇ ਫੀਸ ਭਰਨ ਦੀ ਆਖਰੀ ਮਿਤੀ 5 ਅਪ੍ਰੈਲ ਤੱਕ ਰਹੇਗੀ ਔਰ ਇਸ ਤੋਂ ਇਲਾਵਾ ਜੇਕਰ ਗੱਲ ਕੀਤੀਵੇ ਸਮੂਹ ਉਮੀਦਵਾਰਾਂ ਨੂੰ ਜਿਹੜਾ ਹਦਾਇਤਾਂ ਹਦਾਇਤ ਕੀਤੀ ਜਾਂਦੀ ਹੈ ਕਿ ਉਕਤ ਸਾਮੀਆਂ ਲਈ ਆਨਲਾਈਨ ਅਪਲਾਈ ਕਰਨ ਤੋਂ ਪਹਿਲਾਂ ਇਸ਼ਤਿਹਾਰ ਨੰਬਰ ਜਿਹੜਾ ਲਿਖਿਆ ਹੋਇਆ ਠੀਕ ਹੈ 2 ਜਾ 2023 ਆਪਾਂ ਕਹਿ ਸਕਦੇ ਹਾਂ ਇਸ ਦੇ ਅਕੋਰਡਿੰਗ ਧਿਆਨ ਨਾਲ ਪੜਿਆ ਜਾਵੇ ਤੇ ਜੋ ਉਮੀਦਵਾਰਾਂ ਨੂੰ ਅਪਲਾਈ ਕਰ ਲਈ ਅਤੇ ਫੀਸ ਭਰਨ ਦੇ ਸਮੇਂ ਵਿੱਚ ਦਿੱਕਤਾਂ ਸਾਹਮਣਾ ਨਾ ਕਰਨਾ ਪਵੇ ਭਾਵ ਤੁਸੀਂ ਜਦੋਂ ਫੀਸ ਭਰੋਗੇ ਠੀਕ ਹੈ ਤੁਹਾਡੇ ਹੋ ਸਕਦਾ ਬਹੁਤ ਸਾਰਾਂ ਦੀ ਫੀਸ ਨਹੀਂ ਭਰੀ ਜਾਂਦੀ ਉਹਦਾ ਕਾਰਨ ਕੋਈ ਹੋਰ ਮੇਜਰ ਕਾਰਨ ਹੋ ਸਕਦਾ ਇਸ ਲਈ ਜਿਹੜਾ ਇਸਥਾਰ ਇਹਨਾਂ ਨੇ ਦਿੱਤਾ ਉਸ ਨੂੰ ਤੁਸੀਂ ਧਿਆਨ ਨਾਲ ਜ਼ਰੂਰ ਪੜਿਓ ਕਿ ਤੁਹਾਡੀ ਕੋਈ ਹੋਰ ਖਾਮੀ ਨਾ ਹੋਵੇ ਇਸੇ ਕਰਕੇ ਤੁਹਾਡੀ ਫੀਸ ਸਬਮਿਟ ਨਹੀਂ ਹੁੰਦੀ ਠੀਕ ਹੈ ਜੀ ਸੋ ਏ ਸੀ ਤੁਹਾਡੇ ਤੇ ਇੱਕ ਇਨਫੋ ਵਧੀਆ ਲੱਗਿਆ ਤਾਂ ਲਾਈਕ ਕਰੋ ਤੇ ਸ਼ੇਅਰ ਕਰੋ ਇਸ ਤਰ੍ਹਾਂ ਪੰਜਾਬ ਦੀ ਹਰ ਇੱਕ ਜੌਬ ਨਾਲ ਸੰਬੰਧਤ ਨੋਟੀਫਿਕੇਸ਼ਨ ਆਪਣੇ ਚੈਨਲ ਤੇ ਮਿਲਦਾ ਰਹਿੰਦਾ ਪੰਜਾਬ ਦੀਆਂ ਸਰਕਾਰੀ ਜੌਬ ਨਾਲ ਸੰਬੰਧਤ ਕੋਈ ਵੀ ਨਿਊਜ਼ ਆਪਣੇ ਚੈਨਲ ਤੇ ਮਿਲਦੀ ਰਹਿੰਦੀ ਹੈ ਇਸ ਤੋਂ ਇਲਾਵਾ ਹਰ ਇੱਕ ਜਿਹੜੀ ਸਬਜੈਕਟ ਦੀ ਤਿਆਰੀ ਬਿਲਕੁਲ ਫ੍ਰੀ ਵੀਡੀਓ ਰਾਹੀਂ ਕਰਵਾਈ ਜਾਂਦੀ ਹੈਗੇ ਚਾਹੇ ਪੰਜਾਬ ਪੁਲਿਸ ਦਾ ਸਬ ਇੰਸਪੈਕਟਰ ਹੈ ਮਾਸਟਰ ਜੀ ਹੈ ਪੀਐਸਟਾ ਸਭ ਕੁਝ ਤੁਹਾਨੂੰ ਇੱਥੇ ਮਿਲਦਾ ਹੈ ਸੋ ਮਿਲਾਂਗੇ ਨੈਕਸਟ ਕਿਸੇ ਹੋਰ ਵੀਡੀਓ ਤਦ ਤੱਕ ਲਈ ਸਸੇਕਾ